रिकॉर्डिंग आ गया बड़ी कोई यार मंदभागी दुर्घटना हुई है इट इज अ सीरीज ऑफ इवेंट्स व्हिच हैज टेकन प्लेस एक सीरीज ऑफ इवेंट्स है जड़ी पंजाब दे विच सैम फलान दे लई कीती जा रही है ए इलेक्शनां दे कोल आ गई क्यों हुंदा है ਇਹ ਪੌਣੇ ਪੰਜ ਸਾਲ ਲੰਘਣ ਤੋਂ ਬਾਅਦ ਹੀ ਕਿਉਂ ਹੁੰਦਾ ਹੈ ਤੇ ਇਹ ਇੱਕ ਖਾਸ ਕਮਿਊਨਿਟੀ ਨੂੰ ਡਰਾਉਣ ਦੇ ਲਈ ਕਿਉਂ ਹੁੰਦਾ ਹੈ ਤੇ ਜਿਹੜੇ ਲੋਕ ਪਹਿਲਾਂ ਪੰਜਾਬ ਨੂੰ ਵੇਚਦੇ ਰਹੇ ਔਰ ਗਿਰਵੀ ਰੱਖਦੇ ਰਹੇ ਆਪਦੀ ਜਾਨ ਬਚਾਉਣ ਨੂੰ ਪੰਜਾਬ ਦੇ ਹੱਕ ਫਿਰਕਾ ਪ੍ਰਸਤ ਤਾਕਤਾਂ ਨੂੰ ਦਿੰਦੇ ਰਹੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਸਹਿਮ ਫਲਾ ਕੇ ਤੁਸੀਂ ਵੋਟਾਂ ਦੀ ਰਾਜਨੀਤੀ ਦੇ ਲਈ ਪੋਲਰਾਈਜੇਸ਼ਨ ਨਹੀਂ ਕਰ ਸਕੋਗੇ ਪੰਜਾਬ ਇੱਕ ਹੈ ਇੱਕ ਸੀ ਇੱਕ ਰਹੂਗਾ ਪੰਜਾਬ ਪੰਜਾਬੀਅਤ ਦੇ ਵਿੱਚ ਬੰਨਿਆ ਹੋਇਆ ਇਹ ਵੋਟਾਂ ਦੀ ਸੌੜੀ ਰਾਜਨੀਤੀ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਫਿਰ ਪ੍ਰਯਾਸ ਹੋਏ ਜਿਹੜੇ ਲੋਕਾਂ ਨੇ ਆਪ ਪਹਿਰੇ ਨਾਲ ਮਰ ਕੇ ਰੋਕੇ ਕਿਉਂਕਿ ਭਰੋਸੇ ਯੋਗਤਾ ਖਤਮ ਹੋਈ ਜਾਂਦੀ ਹੈ ਲੋਕਾਂ ਦੀ ਤੇ ਹੁਣ ਇਹ ਬੰਬ ਧਮਾਕੇ ਇਹ ਸਾਫ਼ ਦਰਸਾਉਂਦਾ ਹੈ ਕਿ ਇੱਕ ਖਾਸ ਕਮਿਊਨਿਟੀ ਦੀ ਪੋਲਰਾਈਜੇਸ਼ਨ ਦੇ ਵਾਸਤੇ ਉਹਨਾਂ ਨੂੰ ਅੱਡ ਕਰਨ ਦੇ ਵਾਸਤੇ ਉਹਨਾਂ ਨੂੰ ਡਰਾ ਕੇ ਭੈ ਤੰਤਰ ਦੇ ਨਾਲ ਲੋਕਤੰਤਰ ਨੂੰ ਡੰਡਾ ਤੰਤਰ ਬਣਾ ਕੇ ਇੱਕ ਐਸੇ ਪਾਸੇ ਮੁੜਿਆ ਜਾ ਰਿਹਾ ਜਿਹੜਾ ਪੰਜਾਬ ਦੇ ਲਈ ਬਹੁਤ ਖਤਰਨਾਕ ਹੈ ਇਹਦੇ ਚ ਪੰਜਾਬ ਇਨਵੋਲਵ ਨਹੀਂ ਇਹਦੇ ਚ ਸ਼ੱਕ ਦੇ ਘੇਰੇ ਚ ਏਜੰਸੀਆਂ ਆਉਂਦੀਆਂ ਜਿਹਨਾਂ ਨੂੰ ਕਠਪੁਤਲੀ ਬਣਾ ਲਿਆ ਵੱਡੀਆਂ ਵੱਡੀਆਂ ਸੰਸਥਾਵਾਂ ਨੂੰ ਕਠਪੁਤਲੀ ਬਣਾ ਲਿਆ ਲੋਕਤੰਤਰ ਦਾ ਡੰਡਾ ਤੰਤਰ ਬਣਾਤਾ ਗੁੰਡਾ ਤੰਤਰ ਬਣਾਤਾ ਔਰ ਪੰਜਾਬ ਦੀ ਪੰਜਾਬੀਅਤ ਦੇ ਸੋਸ਼ੋ ਇਕਨੋਮਿਕ ਫੈਬਰਿਕ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਉਹ ਗੁਰਾਂ ਦੀ ਆਵਾਜ਼ ਇੱਕ ਹੀ ਹੈ ਅਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇਹ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਨੇ ਇਸ ਗੁਰੂਆਂ ਦੀ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋਧੀ ਵਿਚਾਰਧਾਰਾ ਨੂੰ ਇਸ ਦੁਨੀਆਂ ਦੇ ਵਿੱਚ ਕੋਈ ਰੋਕ ਨਹੀਂ ਸਕਦਾ ਗੁਰੂਆਂ ਦੀ ਪੀਰਾਂ ਦੀ ਪੈਗੰਬਰਾਂ ਦੀ ਸਾਈ ਮੀਆਂ ਮੀਰ ਸਾਹਿਬ ਨੇ ਜਿਸ ਆਦਿ ਅਨੰਦ ਦਰਬਾਰ ਸਾਹਿਬ ਜੀ ਦੀ ਨੀਂਹ ਰੱਖੀ ਹੋਵੇ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿੱਠਲ ਵਿੱਠਲ ਕਹਿਣ ਵਾਲੇ ਨਾਮਦੇਵ ਪਾਤਸ਼ਾਹ ਹੋਣ ਜਿੱਥੇ ਬਾਬਾ ਫਰੀਦ ਵਰਗਿਆਂ ਦੀ ਬਾਣੀ ਗੂੰਜਦੀ ਹੋਵੇ ਸਾਨੂੰ ਸੇਧ ਦਿੰਦੀ ਹੋਵੇ ਉੱਥੇ ਸਾਡੇ ਆਪਸੀ ਭਾਈਚਾਰੇ ਨੂੰ ਸਾਡੇ ਏਕੇ ਨੂੰ ਸਾਡੀ ਭਾਈਬੰਦੀ ਨੂੰ ਦੁਨੀਆਂ ਦੀ ਕੋਈ ਫਿਰਕੂ ਤਾਕਤ ਰੋਕ ਨਹੀਂ ਸਕਦੀ ਅਸੀਂ ਇਕੱਠੇ ਸੀ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਮੰਨਦੇ ਸੀ ਜਦੋਂ ਗੁਰੂ ਸਾਹਿਬ ਨੇ ਸਰਬੰਸ ਕੇ ਦਾਨੀ ਨੇ ਬੱਚੇ ਬਾਰੇ ਉਦੋਂ ਜਦੋਂ ਚਮਕੌਰ ਦੀ ਗੜੀ ਚੋਂ ਨਿਕਲਣ ਲੱਗੇ ਤੇ ਉਸ ਗੜੀ ਦੇ ਵਿੱਚ ਭਾਈ ਸਾਹਿਬ ਨੇ ਆਪਣਾ ਕਮਰ ਕਸਾ ਖੋਲਿਆ ਔਰ ਸਾਹਿਬਜ਼ਾਦਾ ਅਜੀਤ ਜੀ ਦੀ ਪਵਿੱਤਰ ਦੇਹੀ ਦੇ ਉੱਤੇ ਪਾਉਣ ਲੱਗੇ ਤੇ ਗੁਰੂ ਸਾਹਿਬ ਨੇ ਕਿਹਾ ਕਿ ਜੇ ਤੇਰੇ ਕੋਲ 40 ਹਨ ਕਮਰ ਕਸੇ ਤਾਂ ਪਾਈ ਤੇ ਬਾਕੀ 20 ਮੇਰੇ ਪੁੱਤਰ ਨੇ ਅਸੀਂ ਉਸ ਗੁਰੂ ਦੇ ਵੰਸ਼ਜ ਹਾਂ ਅਸੀਂ ਉਸ ਗੁਰੂ ਦੀ ਚਰਨਾਂ ਦੀ ਧੂੜੀ ਆਪਣੇ ਮੱਥੇ ਲਾਉਂਦੇ ਹਾਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਾਇਰ ਰੋਜ਼ ਮਰਦਾ ਹਜ਼ਾਰ ਵਾਰ ਬਹਾਦਰ ਜੀਵਨ ਚ ਇੱਕ ਵਾਰ ਮਰਦਾ ਪੰਜਾਬੀਆਂ ਦੀ ਕੌਮ ਬਹਾਦਰਾਂ ਦੀ ਕੌਮ ਸ਼ੇਰਾਂ ਦੀ ਕੌਮ ਇਸ ਕੌਮ ਨੂੰ ਕੋਈ ਝੁਕਾ ਨਹੀਂ ਸਕਦਾ ਮੱਸੇ ਰੰਗੜ ਤੋਂ ਨਹੀਂ ਚੁੱਕੇ ਅਹਿਮਦ ਸ਼ਾਹ ਅਬਦਾਲੀ ਤੋਂ ਨਹੀਂ ਚੁੱਕੇ ਤੇ ਵੰਡਣ ਵਾਲਿਆਂ ਤੋਂ ਵੀ ਕਦੇ ਨਹੀਂ ਚੁੱਕਾਂਗੇ ਪੰਜਾਬ ਹਮੇਸ਼ਾ ਏਕਤਾ ਚ ਬੰਨਿਆ ਰਹੇਗਾ ਪਰਿਵਾਰ ਦੀ ਏਕਤਾ ਚ ਬੰਨਿਆ ਰਹੇਗਾ ਹਿੰਦੂ ਸਿੱਖ ਮੁਸਲਮਾਨ ਈਸਾਈ ਅਸੀਂ ਇੱਕ ਪਰਿਵਾਰ ਹਾਂ ਪਹਿਲਾਂ ਵੀ ਝੇਲਿਆ ਹੁਣ ਵੀ ਇੱਕ ਹੋ ਕੇ ਰਹਾਂਗੇ ਮਹਿਫੂਜ਼ ਰਹਾਂਗੇ ਔਰ ਇਹਨਾਂ ਫਿਰਕਾ ਪ੍ਰਸਤ ਵੋਟਾਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਬੋਲੇ ਸੋ ਨਿਹਾਲ ਜੈਕਾਰਾ ਵੀਰ ਬਜਰੰਗੀ ਜੈਕਾਰਾ
बड़ी कोई यार मंदभागी दुर्घटना हुई है. इट इज अ सीरीज ऑफ इवेंट्स व्हिच हैज टेकन प्लेस. एक सीरीज ऑफ इवेंट्स है जड़ी पंजाब दे विच सैम फलान दे लई कीती जा रही है. ए इलेक्शनां दे कोल आ गई क्यों हुंदा है? ए पौने पांच साल लंघन तो बाद ही क्यों हुंदा है? ते एक खास कम्युनिटी नू डराउण दे लई क्यों हुंदा है? ते जड़े लोग पहला पंजाब नू वेचदे रहे और गिरवी रखदे रहे आपदी जान बचाण नू पंजाब दे हक फिरका प्रस्त ताकतां नू दिंदे रहे. मैं उन्हां नू कहना चाहुंदा कि इस तरह सहम फैला के तुसी वोटां दी राजनीति दे लई पोलराइजेशन नहीं कर सकोगे. पंजाब एक है, एक सी, एक रहूगा. पंजाब पंजाबीयत दे विच बनिया होया. ए वोटां दी सौड़ी राजनीति करके गुरु साहब दी बेअदबी होई. फिर प्रयास होए जिहड़े लोकां ने आप पहरे नाल मर के रोके क्योंकि भरोसे योग्यता खत्म हो जाती है लोगों की. हुण यह बंब धमाके यह साफ दर्शाता है कि एक खास कम्यूनिटी की पोलराइजेशन के वास्ते उन्होंने अड करन दे वास्ते उन्होंने डरा के भय तंत्र के नाल लोकतंत्र नूं डंडा तंत्र बना के एक ऐसे पासे मुड़िया जा रहा जिहड़ा पंजाब दे लई बहुत खतरनाक है. इहदे च पंजाब इनवॉल्व नहीं. इहदे च शक दे घेरे च एजेंसियां आउंदियां जिन्हां नूं कठपुतली बना लिया, वड्डियां वड्डियां संस्थावां नूं कठपुतली बना लिया, लोकतंत्र दा डंडा तंत्र बनाता, गुंडा तंत्र बनाता और पंजाब दी पंजाबीयत दे सोशो इकोनॉमिक फैब्रिक नूं पाड़न दी कोशिश कीती जा रही है. पर मैं इह दावे नाल कह सकदा पंजाब ना हिंदू ना मुसलमान, पंजाब जिउंदा गुरां दे नाम ते उह गुरां दी आवाज इक ही है. अब लल्ला नूर पाया कुदरत दे सब बंदे, एक नूर ते सब जग उपजे कौन भले को मंदे. इस गुरुआं दी मानस की जात सभा एक है, पहचान बोधी विचारधारा नूं इस दुनिया दे विच कोई रोक नहीं सकता. गुरुआं दी पीरां दी पैगंबरां दी साईं मियां मीर साहब ने जिस आदि अनंत दरबार साहिब जी दी नींह रखी होवे, जिस गुरु ग्रंथ साहिब जी दे विच विठल विठल कहण वाले नामदेव पातशाह होण, जिथे बाबा फरीद वर्गिआं दी बाणी गूंजदी होवे सानू सेध दिंदी होवे, उत्थे साडे आपसी भाईचारे नूं साडे एके नूं साडी भाईबंदी नूं दुनिया दी कोई फिरकू ताकत रोक नहीं सकती. असी कट्ठे सी, मानस की जात सभा एक है पहचान बो मंदे सी. जदों गुरु साहब ने सरबंस के दानी ने बच्चे बारे उदों जदों चमकौर दी गड़ी चो निकल लगे ते उस गड़ी दे विच भाई साहब ने अपना कमर कसा खोलिया और साहिबजादा अजीत जी की पवित्र देही दे उत्ते पाउण लगे ते गुरु साहब ने कहा कि जे तेरे कोल 40 हैं कमर कसे तां पाई ते बाकी भी मेरे पुत्र ने. असी उस गुरु दे वंशज हां, असी उस गुरु दी चरणां दी धूड़ी अपने मत्थे लाउने हां. किसे चीज दी परवाह नहीं. कायर रोज मरदा हजार वार, बहादुर जीवन च एक बार मरदा. पंजाबियां दी कौम, बहादुरां दी कौम, शेरां दी कौम, इस कौम नूं कोई चुका नहीं सकदा. मस्से रंगड़ तो नहीं चुके, अहमद शाह अब्दाली तो नहीं चुके ते वंडन वालियां तो भी कदे नहीं चुकांगे. पंजाब हमेशा एकता च बनिया रहेगा.
परिवार की एकता च मनिया रहेगा हिंदू सिख मुसलमान ईसाई असि एक परिवार हाँ पहला भी झेलिया हूं भी एक होकर रहांगे महफूज रहांगे और इना फिरका प्रस्त वोटां दी राजनीति करन वालेयां नूं मुंह तोड़ जवाब देंगे। बोले सो निहाल।